ਉਹਨਾਂ ਪਿੰਡਾਂ ਵਿੱਚ ਜਾ ਕੇ ਕੁਛ ਏਜੰਟ ਜਿਹੜੇ ਹੈਗੇ ਆ ਉਹਨਾਂ ਨੂੰ ਗੁੰਮਰਾਹ ਕਰਕੇ ਝੂਠਾ ਝਾਸਾ ਦੇ ਕੇ ਵੀ ਤੁਹਾਨੂੰ 1,000 ਰੁਪਈਆ ਅਸੀਂ ਮਹੀਨੇ ਦੀ ਤਨਖਾਹ ਦੇਵਾਂਗੇ, ਤੂੰ ਮਾਰਕੀਟ 'ਚ ਤੁਹਾਨੂੰ ਭੇਜ ਦਿੰਦੇ ਹਾਂ, ਤੈਨੂੰ ਸਾਊਦੀ ਅਰਬ 'ਚ ਭੇਜ ਦਿੰਦੇ ਹਾਂ। ਸੋ ਗਰੀਬ ਜਿਹੜਾ ਹੈਗਾ ਉਹਦੇ ਮਨ 'ਚ ਹੁੰਦਾ ਵੀ ਚਲੋ ਮੇਰਾ ਪਰਿਵਾਰ ਜਿਹੜਾ ਹੈ ਉਹਦਾ ਰੋਟੀ ਪਾਣੀ ਚੱਲ ਜੂਗਾ, ਅਤੇ ਉਹਦੇ ਨਾਲ 4 ਪੈਸੇ ਜਿਹੜੇ ਹੈਗੇ ਆ ਉਹਦੇ ਬੱਚਿਆਂ ਦੇ ਵਾਸਤੇ ਉਹਨਾਂ ਨੂੰ ਪੜ੍ਹਾ ਲਾਂਗੇ ਜਾਂ ਕੁਛ ਘਰ ਦੇ ਖਰਚੇ ਵਾਸਤੇ ਤੋ ਭੇਜ ਦਿੰਦੇ ਆ। ਪਰ ਉੱਥੇ ਜੋ ਹੁੰਦਾ ਉਹ ਆਪਾਂ ਲਗਾਤਾਰ ਦੇਖਦੇ ਰਹੇ। ਅੱਗੇ ਵੀ ਤੁਹਾਨੂੰ ਇਸ ਵਿਸ਼ੇ ਦੇ ਉੱਤੇ ਜਾਣਕਾਰੀਆਂ ਦਿੱਤੀਆਂ। ਤੋ ਤਕਰੀਬਨ 90 ਤੋਂ ਵੱਧ ਜਿਹੜੀਆਂ ਲੜਕੀਆਂ ਸੀ ਮਾਸਕਟ ਓਮਾਨ ਜਾਂ ਜਿਹੜੇ ਹੈ ਸਾਊਦੀ ਅਰਬ ਜਾਂ ਵੱਖ ਵੱਖ ਮੁਲਕਾਂ 'ਚੋਂ ਉਹ ਵਾਪਸ ਆ ਚੁੱਕੀਆਂ। ਸੋ ਇਹ 3 ਲੜਕੀਆਂ ਹੁਣ ਫਿਰ ਕੁਛ ਦਿਨਾਂ ਦੇ ਵਿੱਚ ਵਾਪਸ ਆਈਆਂ, ਜਿਹਦੇ 'ਚ 1 ਲੜਕੀ ਸਾਊਦੀ ਅਰਬ ਤੋਂ, 2 ਲੜਕੀਆਂ ਜਿਹੜੀਆਂ ਹੈ ਮਾਸਕਟ ਤੋਂ ਓਮਾਨ ਤੋਂ ਜਿਹੜੀਆਂ ਹੈਗੀਆਂ ਉਹ ਵਾਪਸ ਆਈਆਂ। ਸੋ ਇਹਨਾਂ ਦੇ ਪਰਿਵਾਰਾਂ ਦੀ ਜਿਹੜੀ ਹੈਗੀ ਹੈ ਜਿੱਥੇ ਏਜੰਟਾਂ ਨੇ ਲੁੱਟ ਕੀਤੀ, ਇੱਥੋਂ ਤੀਕਰ ਕਿ ਵਾਪਸ ਲਿਆਉਣ ਵਾਸਤੇ ਵੀ ਪੈਸੇ ਲੈ ਲਏ, ਪਰ ਫਿਰ ਵੀ ਉਹਨਾਂ ਨੂੰ ਵਾਪਸ ਨਾ ਭੇਜਿਆ। ਜਦੋਂ ਸਾਡੇ ਕੋਲ ਕੰਪਲੇਂਟ ਆਈ ਅਤੇ ਬੱਚੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਇਹ ਵਾਪਸ ਆਪ ਘਰ ਆਈਆਂ, ਇਹਨਾਂ ਨੂੰ ਅਸੀਂ ਪਰਿਵਾਰ ਨੂੰ ਵਧਾਈ ਦਿੰਦੇ ਹਾਂ ਕਿ ਆਪਣੇ ਬੱਚਿਆਂ 'ਚ ਵਾਪਸ ਆ ਗਿਆ। ਪਰ ਅਸੀਂ ਸਮਾਜ ਨੂੰ ਇਹਦੀ ਦੁਹਾਈ ਦਿੰਦੇ ਹਾਂ ਵੀ ਤੁਸੀਂ ਇਹ ਕੰਮ ਨਾ ਕਰੋ, ਪੈਸਿਆਂ ਦੀ ਜਿਹੜੀ ਹੈਗੀ ਇਹਨਾਂ ਮੁਲਕਾਂ 'ਚ ਨਾ ਭੇਜੋ ਜਿੱਥੇ ਲੜਕੀਆਂ ਦੀ ਕਦਰ ਨਹੀਂ, ਜਿੱਥੇ ਲੜਕੀਆਂ ਦਾ ਸਨਮਾਨ ਨਹੀਂ, ਜਿੱਥੇ ਲੜਕੀਆਂ ਸੁਰੱਖਿਅਤ ਨੇ। ਸੋ ਆ ਜਿੰਨੀਆਂ ਵੀ ਲੜਕੀਆਂ ਵਾਪਸ ਆਈਆਂ ਇਹ ਸਾਰੀਆਂ ਇਹਨਾਂ ਮੁਲਕਾਂ ਦੇ ਵਿੱਚੋਂ ਹੀ ਵਾਪਸ ਆਈਆਂ। ਸੋ ਅਸੀਂ ਕਹਿੰਦੇ ਕਿ ਹਾਂ ਗਰੀਬੀ ਆ, ਕਈ ਵਾਰ ਸੋਚਦੇ ਹਾਂ ਗੁੰਮਰਾਹ ਹੋ ਜਾਂਦੇ ਹਾਂ। ਤੁਹਾਨੂੰ ਇਹ ਦੱਸਣ ਦਾ ਮਤਲਬ ਵੀ ਇਹੀ ਆ ਕਿ ਇਹ ਗੱਲ ਲੋਕਾਂ ਵਿੱਚ ਜਾਵੇ ਕਿ ਜੇ ਕੋਈ ਸਾਨੂੰ ਏਜੰਟ ਜਿਹੜਾ ਹੈ ਜਾਂ ਤਾਂ ਉਹ ਰੈਕੋਗਨਾਈਜ਼ ਹੋਵੇ, ਰਜਿਸਟਰਡ ਹੋਵੇ, ਉਹਦੀ ਜਿਹੜਾ ਹੈ ਆਫਿਸ ਉਹਦਾ ਹੋਵੇ। ਸੋ ਉਹਦੇ ਰਾਹੀਂ ਫਿਰ ਵੀ ਜਿਹੜਾ ਹੈਗਾ ਵਰਕ ਪਰਮਿੰਟ 'ਤੇ ਜਾਓ ਜਾਂ ਜਿਹੜਾ ਹੈ ਉਹਦੀ ਬਿਨਾਂ ਜਿਹੜਾ ਹੈਗਾ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਏਜੰਟ ਬਣ ਕੇ ਇੱਕ ਦੂਸਰੇ ਕੋਲ ਪੈਸੇ ਖਾ ਲੈਂਦੇ ਆ। 2 ਮਹੀਨੇ ਦੇ ਵਾਸਤੇ ਦੁਬਈ ਲੈ ਜਾਂਦੇ ਆ ਜਿਹਦੇ ਉੱਤੇ 5-7 ਹਜ਼ਾਰ ਰੁਪਈਆ ਖਰਚ ਹੁੰਦਾ। ਉੱਥੇ ਕੋਈ ਨਾ ਕੋਈ ਉੱਥੇ ਜਿਹੜਾ ਹੈਗਾ ਘਰ ਇਹੋ ਜਿਹਾ ਭਾਲਦੇ ਆ ਜਿਹਨੂੰ ਬੰਦੇ ਦੀ ਲੋੜ ਹੁੰਦੀ ਹੈ, ਅਤੇ ਉਹਨੂੰ ਉਹਦੇ ਕੋਲ ਪੈਸੇ ਲੈ ਕੇ ਲੜਕੀਆਂ ਨੂੰ ਉਹਨਾਂ ਦੇ ਨਾਲ ਭੇਜ ਦਿੰਦੇ ਆ। ਫਿਰ ਉਹਨਾਂ ਨੇ ਤਾਂ ਪੈਸੇ ਦਿੱਤੇ ਹੁੰਦੇ ਆ, ਪੈਸੇ ਏਜੰਟ ਖਾ ਜਾਂਦਾ, ਅਤੇ ਜਦੋਂ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਤਾਂ ਫਿਰ ਜਿਹੜਾ ਗਰੀਬ ਆ ਉਹ ਕਰੇ ਕੀ। ਸੋ ਉੱਥੇ ਨਾਲ ਕੁੱਟਮਾਰ ਵੀ ਹੁੰਦੀ ਹੈ, ਹਿੰਸਾ ਵੀ ਹੁੰਦੀ ਹੈ, ਹਰ ਤਰ੍ਹਾਂ ਦੇ ਜਿਹੜੇ ਹੈਗੇ ਆ ਇਹ ਉਹਨਾਂ ਦਾ ਜਿਹੜਾ ਕਰੋਪ ਆ ਇਹ ਲੜਕੀਆਂ ਚੱਲਦੀਆਂ। ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀਆਂ ਬੱਚੀਆਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਨਾ ਭੇਜੋ, ਅਤੇ ਭੇਜੋ ਤਾਂ ਉਹ ਜਿਹੜੇ ਹੈਗੇ ਵਧੀਆ ਏਜੰਟ ਜਿਹੜੇ ਤੁਹਾਨੂੰ ਜਿਹੜੇ ਏਜੰਟਾਂ ਰਾਹੀਂ ਏਜੰਸੀ ਰਾਹੀਂ ਸਰਕਾਰ ਦੇ ਰਾਹੀਂ ਜਿਹੜੀਆਂ ਏਜੰਸੀਆਂ ਉਹਨਾਂ ਰਾਹੀਂ ਜਿਹੜਾ ਬੰਦਾ ਜਾਂਦਾ ਉਹਦਾ ਜਿਹੜੀ ਹੈ ਕਦਰ ਹੁੰਦੀ ਹੈ, ਉਹਦੀ ਵੈਲਿਊ ਹੁੰਦੀ ਹੈ, ਉਹਨੂੰ ਇਗਨੋਰ ਨਹੀਂ ਕਰ ਸਕਦਾ ਕੋਈ। ਪਰ ਜਦੋਂ ਅਸੀਂ ਇਹ 2 ਨੰਬਰ ਦੇ ਵਿੱਚ ਆਪ ਹੀ ਚੱਲ ਜਾਂਦੇ ਹਾਂ, ਉੱਥੇ ਫਸ ਜਾਂਦੇ ਹਾਂ, ਫਿਰ ਤਸੀਹੇ ਵੀ ਚੱਲਦੇ ਹਾਂ। ਸੋ ਪਿੱਛੇ ਪਰਿਵਾਰ ਉੱਜੜ ਜਾਂਦਾ, ਜਿਹੜੇ ਪੈਸੇ ਤਿਆਰ ਹੁੰਦੇ ਆ ਪਹਿਲਾਂ ਏਜੰਟਾਂ ਨੇ ਲਏ ਹੁੰਦੇ, ਬਹੁਤ ਇਹੋ ਜਿਹੇ ਕੇਸ ਅਸੀਂ ਦੇਖੇ ਆ। ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੇ ਇਹਨੇ ਵੀ ਬਾਹਰ ਜਾਣਾ, ਸਾਡੇ ਨੌਜਵਾਨ ਵੀ ਬਾਹਰ ਜਾ ਕੇ ਏਜੰਟਾਂ ਦੇ ਚਾਸੇ ਚੜ੍ਹ ਕੇ
ਕਿਤੇ ਨਾ ਕਿਤੇ ਜਾ ਕੇ ਫਸ ਜਾਂਦੇ ਆ। ਹੁਣ ਵੀ ਕੁਛ ਬੱਚੇ ਜਿਹੜੇ ਹੈ ਸਾਡੇ ਬਾਹਰ ਫਸੇ, ਜਿਹਨਾਂ 'ਚੋਂ ਇੱਕ ਆਇਆ ਹਜੇ, ਬਾਕੀ ਉੱਥੇ ਰੁਕੇ ਹੋਏ ਆ। ਸੋ ਇਸ ਵਾਸਤੇ ਏਜੰਟਾਂ ਦੇ ਪਿੱਛੇ ਲੱਗ ਕੇ ਅਸੀਂ ਇਸ ਤਰ੍ਹਾਂ ਨਾ ਦੌੜੋ, ਇੱਥੇ ਵੀ ਅਸੀਂ ਬਹੁਤ ਕੰਮ ਕਰ ਸਕਦੇ ਹਾਂ। ਵਾਹਿਗੁਰੂ ਨੇ ਇਸ ਧਰਤੀ ਨੂੰ, ਪੰਜਾਬ ਦੀ ਧਰਤੀ ਨੂੰ ਬਹੁਤ ਬਰਕਤਾਂ ਬਖਸ਼ਿਸ਼ਾਂ ਦਿੱਤੀਆਂ। ਇੱਥੇ ਅਸੀਂ ਭੁੱਖਾ ਨਹੀਂ ਮਰਦੇ, ਪਰ ਇਸ ਤਰੀਕੇ ਦੇ ਨਾਲ ਜਿਹੜਾ ਬਾਹਰ ਜਾਣਾ ਜਿਹੜਾ ਹੈ ਉਹ ਠੀਕ ਨਹੀਂ। ਸੋ ਇਹਦੇ ਵਾਸਤੇ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ। ਕਿੰਨੀਆਂ ਲੜਕੀਆਂ ਦੇ ਜਿਹੜੀ ਹੁਣ ਵਾਪਸੀ ਹੋਈ? ਹੁਣ ਇਹ ਤਿੰਨ ਲੜਕੀਆਂ, ਇੱਕ ਹੁਸ਼ਿਆਰਪੁਰ ਤੋਂ, ਇੱਕ ਅੰਮ੍ਰਿਤਸਰ ਤੋਂ ਆ, ਇੱਕ ਕਪੂਰਥਲੇ ਤੋਂ। ਇੱਕ ਲੜਕੀ 2 ਮਸਕਟ ਸੀ ਤੇ ਇੱਕ ਸਾਊਦੀ ਅਰਬ ਸੀ। ਸਰਕਾਰ ਦਾ ਇਸ ਤਰ੍ਹਾਂ ਸੀ ਵੀ ਸਾਡਾ ਪ੍ਰਸ਼ਾਸਨ ਦੇ ਨਾਲ ਅੱਗੇ ਪੁਲਿਸ ਨੂੰ ਵੀ ਮਿਲਿਆ, ਕੋਈ ਜਦੋਂ ਜਾਂਦਾ ਉਦੋਂ ਤੋਂ ਕੋਈ ਦੱਸਦਾ ਨੀਗਾ ਤੁਹਾਨੂੰ, ਜੇ ਹੋਵੇ ਏਜੰਟ ਵੀ ਕਹਿ ਦਿੰਦਾ ਵੀ ਦੱਸਿਓ ਨਾ ਕੋਈ ਕੰਮ, ਤੁਹਾਡਾ ਰਾਹ 'ਚ ਨਾ ਰੋਕ ਦੇਵੇ, ਅਸੀਂ ਦੱਸਦੇ ਨਹੀਂ। ਪਰ ਜਦੋਂ ਉੱਥੇ ਫਸ ਜਾਂਦੇ ਹਾਂ ਫਿਰ ਪਤਾ ਲੱਗਦਾ, ਫਿਰ ਹੁਣ ਉੱਥੇ ਕੀ ਕਰ ਸਕਦੇ ਹਾਂ। ਸੋ ਉਹਦੇ ਵਾਸਤੇ ਅਸੀਂ ਸਾਰੀਆਂ ਜਿੰਨੇ ਵੀ ਹੈਗੇ ਇਹਨਾਂ ਕੋਈ ਕੇਸ ਵੀ ਰਜਿਸਟਰਡ ਕਰਾਉਂਦੇ ਹਾਂ ਵੀ ਉਹਨਾਂ 'ਤੇ ਕੇਸ ਵੀ ਕਰੋ। ਉਹ ਕੋਈ ਨਾ ਕੋਈ ਜਿਹੜਾ ਹੈਗਾ, ਜਿਸ ਤਰ੍ਹਾਂ ਹੁਣ ਨਾਂ ਜਿਹੜੇ ਦੱਸਦੇ ਪਤਾ ਨਹੀਂ ਉਹ ਨਾਂ ਸਹੀ ਹੁੰਦੇ ਆ ਜਾਂ ਕੀ ਆ, ਉਹਦੇ ਪਿੱਛੇ ਕੌਣ ਆ, ਇਹ ਬਹੁਤ ਵੱਡੇ ਰੈਕਟ ਆ ਜਿਹਦੇ ਵਿੱਚ ਪੰਜਾਬ ਦੇ ਤਾਂ ਆਪਾਂ ਜਿਹੜੇ ਸਾਹਮਣੇ ਆਉਂਦੇ ਆ, ਹੋਰ ਸਟੇਟਾਂ ਦੇ ਦੱਸਦੇ, ਹੋਰ ਮੁਲਕਾਂ ਦੇ ਬੱਚੇ ਵੀ ਉੱਥੇ ਇਸ ਤਰ੍ਹਾਂ ਫਸਦੇ ਆ। ਹੱਥਾਂ ਤੋਂ ਨਾ ਲੱਤਾਂ ਟੁੱਟ ਗਈਆਂ ਸੀ, ਉਹਨਾਂ ਦੀਆਂ 6 ਪਸਲੀਆਂ ਟੁੱਟ ਗਈਆਂ ਸੀ, ਅਤੇ ਜਿੱਦਾਂ ਕਰਕੇ ਮੈਂ ਸਾਊਦੀ ਅਰਬ ਗਈ ਸੀ। ਅਤੇ ਮੈਨੂੰ ਏਜੰਟ ਨੇ ਕਿਹਾ ਸੀ ਕਿ ਤੇਰੀ ਸੈਲਰੀ 1500 ਰੁਪਇਆ, 1500 ਰਿਆਲ ਉੱਧਰ ਦਾ, ਤਾਂ ਯਾਨੀ ਕਿ 1500 ਰਿਆਲ ਮਿਲਿਆ ਨਹੀਂ। ਅਤੇ ਇੱਥੋਂ ਕਿਹਾ ਸੀ ਕਿ ਤੂੰ ਉੱਥੇ ਬੱਚਾ ਹੀ ਖਿਡਾਉਣਾ ਵਾ, ਇੱਥੋਂ ਕਹਿ ਕੇ ਕਿਹਾ ਬੱਚਾ ਖਿਡਾਉਣਾ, ਅਤੇ ਪਰ ਉੱਥੇ ਜਾ ਕੇ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਸੀ, ਠੀਕ ਹੈ, ਜਿਹਦਾ ਕਰਕੇ ਮੇਰੀ ਤਬੀਅਤ ਖਰਾਬ ਹੋ ਗਈ। ਮੈਂ 3 ਮਹੀਨੇ ਉੱਥੇ ਰਹੀ ਸੀ, ਤਾਂ ਮੈਨੂੰ 1 ਸੈਲਰੀ ਦਿੱਤੀ ਨਹੀਂ, 2 ਸੈਲਰੀਆਂ ਦਾ ਮੈਨੂੰ ਦਿੱਤੀਆਂ ਨਹੀਂ ਜੀ। ਅਤੇ ਦਵਾਈ ਨਹੀਂ ਸੀ ਲੈ ਕੇ ਦਿੰਦੇ, ਮੈਡੀਸਨ ਤਾਂ ਬਿਲਕੁਲ ਵੀ ਨਹੀਂ ਸੀ ਲੈ ਕੇ ਦਿੰਦੇ ਮੈਨੂੰ, ਨਾ ਰੈਸਟ ਦਿੰਦੇ ਸੀ। ਸਵੇਰੇ 4 ਵਜੇ ਉਠਾਉਂਦੇ ਸੀ, ਰਾਤ ਮੈਂ 1 ਵਜੇ ਰੂਮ 'ਚ ਜਾਂਦੀ ਸੀ ਆਪਣੇ। ਗਏ ਕਦੋਂ ਸੀ ਤੁਸੀਂ? ਮੈਂ 10ਵੇਂ ਮਹੀਨੇ 'ਚ ਗਈ ਸੀ, 13 ਤਰੀਕ 'ਤੇ। ਕਿੰਨੇ ਪੈਸੇ ਦਿੱਤੇ ਏਜੰਟ ਨੇ? ਏਜੰਟ ਨੇ ਉੱਧਰੋਂ ਲਿਆ ਸੀ 2,00,000 ਰੁਪਇਆ, 2,40,000। ਤਾਂ ਉਹਨਾਂ ਨੂੰ ਕਿਹਾ ਸੀ ਵਾਪਸ ਜਾਣਾ, ਅਤੇ ਕਹਿੰਦੇ 2,40,000 ਰੁਪਇਆ ਦੇ ਜਾ, ਇੱਕ ਜਿਹੜੀ ਸੈਲਰੀ ਲਈ ਉਹ ਵੀ ਦੇ ਜਾ, ਤਾਂ ਤੈਨੂੰ ਇੰਡੀਆ ਵਾਪਸ ਭੇਜ ਦਿੰਦੇ ਹਾਂ। ਇੱਥੋਂ ਜਾਣ ਲੱਗੇ ਕਿੰਨੇ ਪੈਸੇ ਦਿੱਤੇ? ਇੱਥੋਂ ਜਾਣ ਲੱਗੇ ਹਨ ਸੀ, ਮੈਂ ਭੇਜ ਦਿੱਤੇ ਸੀ ਉਹਨਾਂ ਨੂੰ। ਕੀ ਲੱਗਦਾ ਕਿੱਥੇ ਅੱਗੇ ਭੇਜ ਦਿੱਤਾ ਜਾਂਦਾ ਤੈਨੂੰ? ਹਾਂਜੀ, ਜਦੋਂ 2,40,000 ਰੁਪਇਆ ਲੈ ਲਿਆ ਇੰਡੀਆ ਦਾ, ਤਾਂ ਉਹ ਵੇਚਣ ਵਾਲਾ ਹਿਸਾਬ ਹੀ ਹੋ ਗਿਆ ਜੀ। ਫਿਰ ਉਹਨਾਂ ਨੂੰ ਕਾਲ ਕਰੀਦੀ ਸੀ, ਉਹ ਕਾਲ ਨਹੀਂ ਸੀ ਲੈਂਦੇ, ਸਾਡੀ ਗੱਲ ਹੀ ਨਹੀਂ ਸੀ ਸੁਣਦਾ। ਪੈਸੇ ਲੈ ਕੇ ਸਾਨੂੰ ਆਫ ਸਿੱਧਾ ਘਰੇ ਛੱਡ ਗਏ, ਸਾਡੀ ਗੱਲ ਨਹੀਂ ਸੀ ਸੁਣਦਾ। ਡੇਲੀ ਮੈਸੇਜ ਕਰੀਦਾ ਸੀ, ਫੋਨ ਕਰੀਦਾ ਸੀ, ਅਤੇ ਸਾਨੂੰ ਉਹਨਾਂ ਨੇ ਕਿ ਨਹੀਂ ਵਾਪਸ ਨਹੀਂ ਆਉਣ ਦਿੱਤਾ। ਫਿਰ ਅਸੀਂ ਬਾਬਾ ਜੀ ਦੇ ਕੋਲ ਆਏ ਇੱਥੋਂ, ਫਿਰ ਸਾਨੂੰ ਕਿ ਬਾਬਾ ਜੀ ਹੋਣਾਂ ਦੀ ਕਿਰਪਾ ਹੋਈ, ਤਾਂ ਅਸੀਂ ਇੱਥੋਂ ਨਿਕਲ ਪਾਏ ਹਾਂ। ਹੋਰ ਕੀ ਤਸ਼ੱਦਦ ਕਰਦੇ ਆ? ਬਸ ਇਹੀ ਕਿ ਉਹਨਾਂ ਦੀ, ਮੇਰੀ ਮੈਡਮ ਦੀ ਭੈਣ ਰਹਿੰਦੀ ਸੀ ਨਾਲ, ਉਹਨਾਂ ਦੇ ਬੱਚੇ ਸੀ, ਤੰਗ ਬਹੁਤ ਜ਼ਿਆਦਾ ਕਰਦੇ ਸੀ, ਯਾਨੀ ਕਿ ਰੈਸਟ ਬਿਲਕੁਲ ਵੀ ਨਹੀਂ ਦਿੰਦੇ ਸੀ। ਅਕਸਰ ਆਪਾਂ ਖਬਰਾਂ ਦੇਖਦੇ ਹਾਂ ਕਿ ਬਹੁਤ ਸਾਰੇ ਬੱਚੇ ਉੱਥੇ ਫਸੇ ਆ, ਲੜਕੇ ਬਹੁਤ ਸਾਰੇ ਬੱਚੇ। ਹਾਂਜੀ, ਤੁਹਾਨੂੰ ਇਸ ਬਾਰੇ ਪਤਾ ਨਹੀਂ ਸੀ? ਨਹੀਂ ਜੀ, ਇਸ ਬਾਰੇ ਨਹੀਂ ਸੀ ਪਤਾ ਸੀ ਸਾਨੂੰ, ਇਸ ਬਾਰੇ ਬਿਲਕੁਲ ਨਹੀਂ ਸੀ ਪਤਾ। ਲੜਕੀਆਂ ਬਹੁਤ ਜ਼ਿਆਦਾ ਉੱਧਰ ਫਸੀਆਂ ਹੋਈਆਂ ਨੇ, ਆਉਣਾ ਚਾਹੁੰਦੀਆਂ ਨੇ ਪਰ ਆ ਨਹੀਂ ਪਾਉਂਦੀਆਂ। ਕਾਰਨ ਇਹ ਕਿ ਏਜੰਟਾਂ ਨੇ ਪੈਸੇ ਲੈ ਹੁੰਦੇ ਨੇ, ਆਪਾਂ ਵਾਪਸ ਨਹੀਂ ਆ ਸਕਦੇ ਉਸ ਦੇਸ਼ ਦੇ ਵਿੱਚ। ਸਰਕਾਰ ਤੋਂ ਕੀ ਮੰਗ ਕਰਦੇ ਹੋ? ਮੈਂ ਇਹੀ ਮੰਗ ਕਰਦੀ ਕਿ ਉਹ ਏਜੰਟ 'ਤੇ ਕਾਰਵਾਈ ਹੋਵੇ, ਅਤੇ ਮੇਰੀਆਂ ਸੈਲਰੀਆਂ 2 ਵਾਪਸ ਮਿਲ ਜਾਣ ਮੈਨੂੰ, ਮੇਰੀ ਹੱਕ ਦੀ ਕਮਾਈ ਆ।
ਮੈਂ ਹੀ ਕਹਿੰਦੀ ਹੱਥ ਜੋੜ ਕੇ ਕਿ ਮੇਰੀਆਂ ਭੈਣਾਂ ਇੱਥੇ ਕੰਮ ਕਰ ਲੈਣ, ਉੱਧਰ ਬਾਹਰ ਨਾ ਜਾਣ। ਮੇਰੀ ਇਹੀ ਰਿਕੁਐਸਟ ਹੈ ਮੇਰੀਆਂ ਭੈਣਾਂ ਗਾੜੀ ਕਿ ਬਾਹਰ ਨਾ ਜਾਣ, ਆਪਣੇ ਇੰਡੀਆ 'ਚ ਬਹੁਤ ਕੰਮ ਹੈ। ਮੈਂ ਭਾਅ ਜੀ ਮਾਸਕਟ ਗਈ ਸੀ ਅਤੇ ਮੇਰੀ ਉੱਥੇ ਤਬੀਅਤ ਖਰਾਬ ਹੋ ਗਈ ਬਹੁਤ ਜ਼ਿਆਦਾ, ਪੇਟ ਵਿੱਚ ਇੱਦਾਂ ਦਰਦ, ਇਨਫੈਕਸ਼ਨ, ਅਤੇ ਮੇਰੇ ਤੋਂ ਫਿਰ ਕੰਮ ਨਹੀਂ ਹੋਇਆ। ਅਤੇ ਉਹ ਮੈਨੂੰ ਜਾਣ ਕੇ ਕਹਿੰਦੇ ਸੀ ਕੁਛ ਨਹੀਂ ਹੋਇਆ ਹੈਗਾ, ਤੈਨੂੰ ਕੰਮ ਕਰ ਉੱਠ ਕੇ। ਅਤੇ ਫਿਰ ਬਸ ਮੈਂ ਇੱਦਾਂ ਲੱਗੀ ਰਹਿੰਦੀ ਸੀ। ਫਿਰ ਤਾਂ ਜਦੋਂ ਜ਼ਿਆਦਾ ਨਹੀਂ ਕੰਮ ਹੋਇਆ ਅਤੇ ਵਾਪਸ ਫਿਰ ਮੈਂ ਇੱਧਰ ਨੂੰ ਆਉਣ ਦਾ ਕਿਹਾ ਵੀ ਮੈਂ ਇੰਡੀਆ ਜਾਣਾ। ਕਹਿੰਦੇ ਪੈਸੇ ਦੇ ਕੇ ਜਾ। ਮੈਂ ਕਿਹਾ ਵੀ ਮੈਂ ਕਿਸੇ ਤੋਂ ਪੈਸੇ ਲਏ ਨਹੀਂ ਹੈਗੇ, ਮੈਂ ਪੈਸੇ ਕਿੱਥੋਂ ਦੇਵਾਂ। ਹਾਂਜੀ ਬਸ ਭਾਅ ਜੀ ਮੇਰੀ ਸਿਹਤ ਜ਼ਿਆਦਾ ਖਰਾਬ ਹੁੰਦੀ ਹੁੰਦੀ ਹੋ ਗਈ, ਤਾਂ ਫਿਰ ਮੈਨੂੰ ਵਾਪਸ ਇੱਥੇ ਬਾਬਾ ਜੀ ਦੀ ਕਿਰਪਾ ਨਾਲ ਮੈਂ ਇੰਡੀਆ ਆਈ। ਹਾਂਜੀ ਮੈਂ ਇਹ ਚਾਹੁੰਦੀ ਹਾਂ ਵੀ ਕਿਸੇ ਨੂੰ ਵੀ ਨਹੀਂ ਜਾਣਾ ਚਾਹੀਦਾ, ਕਿਉਂਕਿ ਉਹ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਹੈਗੇ। ਹਾਂਜੀ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਹੈਗਾ ਬਾਹਰ ਲੇਡੀਜ਼ ਨੂੰ। ਹਾਂਜੀ ਧੰਨਵਾਦ। ਗਏ ਕਦੋਂ ਸੀਗੇ ਤੁਸੀਂ? ਮੈਂ ਅਪ੍ਰੈਲ ਦੇ ਮਹੀਨੇ 2000 ਹਾਂਜੀ 23 'ਚ ਗਈ ਸੀ। ਕੀ ਗੱਲਬਾਤ ਹੋਈ ਸੀ, ਕੀ ਕੰਮ ਦਾ ਕਿਹਾ ਗਿਆ ਸੀ? ਕੰਮ ਦਾ ਭਾਅ ਜੀ ਮੈਨੂੰ ਸੈਲਰੀ ਵੀ ਜ਼ਿਆਦਾ ਕਹੀ ਸੀ, 19 ਸੈਲਰੀ ਉੱਥੇ ਮੈਨੂੰ ਮਿਲੀ ਨਹੀਂ। ਅਤੇ ਜਿਹੜਾ ਮੇਰਾ ਏਜੰਟ ਸੀ ਉਹਨੇ ਮੈਨੂੰ ਸੈਲਰੀ 120 ਰਿਆਲ ਕਹੀ ਸੀ ਉੱਧਰਲੇ, ਉਹ ਮੈਨੂੰ ਮਿਲੀ ਨਹੀਂ ਉੱਧਰ ਜਾ ਕੇ। ਅਤੇ ਕੰਮ ਮੈਨੂੰ ਬਹੁਤ ਜ਼ਿਆਦਾ ਪਿਆ ਉੱਥੇ। ਹਾਂਜੀ ਅਤੇ ਰੈਸਟ ਕੋਈ ਨਹੀਂ, ਤਾਂ ਮੈਂ ਭਾਅ ਜੀ ਫਿਰ ਬਿਮਾਰ ਹੁੰਦੀ ਹੁੰਦੀ ਜ਼ਿਆਦਾ ਉੱਥੇ ਬਿਮਾਰ ਹੋ ਗਈ, ਮੇਰੇ ਤੋਂ ਕੰਮ ਨਹੀਂ ਹੋਇਆ। ਹਾਂਜੀ ਅਤੇ ਉਹ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਜਾਣਾ ਵਾਪਸ ਇੰਡੀਆ, ਮੇਰੇ ਤੋਂ ਕੰਮ ਨਹੀਂ ਹੋ ਰਿਹਾ ਹੈਗਾ। ਅਤੇ ਕਹਿੰਦੇ ਪੈਸੇ ਦੇ ਤਾਂ ਚਲੀ ਜਾ। ਪੈਸੇ ਦਿੱਤੇ ਫਿਰ ਉਹਨਾਂ ਨੂੰ? ਉਹਨਾਂ ਨੂੰ ਭਾਅ ਜੀ ਜਿੱਥੇ ਮੈਨੂੰ ਔਫਿਸ ਛੱਡ ਕੇ ਗਏ ਆ ਉਹਨਾਂ ਨੇ ਮੇਰੇ ਪਤੀ ਕੋਲੋਂ 80,000 ਰੁਪਈਆ ਅਤੇ ਟਿਕਟ ਮੈਂ ਆਪਣੀ ਲਾ ਕੇ ਆਈ। ਫਿਰ ਉਹਨਾਂ ਟਿਕਟ ਵੀ ਮੰਗਵਾਈ 24,000 ਸ਼ਾਇਦ 23,000 ਦੀ। ਹਾਂਜੀ ਹੋਰ ਵੀ ਕਿਸੇ ਕਿਸਮ ਦਾ ਟੋਰਚਰ ਕਰ ਰਹੇ? ਹਾਂਜੀ ਬਸ ਕੋਈ ਰੈਸਟ ਨਹੀਂ ਵਗੈਰਾ ਨਹੀਂ, ਜਿੱਦਾਂ ਥੋੜ੍ਹਾ ਗਲਤ ਬੋਲਣਾ। ਬਸ ਨਹੀਂ ਇੱਦਾਂ ਦਾ ਤਾਂ ਨਹੀਂ ਭਾਅ ਜੀ ਕੁਛ ਮਾਰਿਆ ਨਹੀਂ, ਉੱਦਾਂ ਰੈਸਟ ਵਗੈਰਾ ਨਹੀਂ ਸੀ ਕੋਈ ਵੀ, ਬਸ ਕੰਮ ਕਰ ਉੱਠ ਕੇ ਕੰਮ ਕਰ। ਮੇਰੀ ਸਿਹਤ ਖਰਾਬ ਸੀ ਵੀ ਕੰਮ ਕਰ ਕੁਛ ਨਹੀਂ ਹੋਇਆ ਹੈਗਾ ਤੈਨੂੰ। ਹਾਂਜੀ ਕੰਮ ਕਰਾਉਂਦੇ ਕੀ ਹਾਊਸਮੇਟ ਦੇ? ਹਾਂਜੀ ਘਰ ਦਾ ਸਾਰਾ ਹੀ ਕੰਮ ਆ, ਵੀ ਚਾਹੇ 1 ਵਜੇ ਚਾਹੇ 12 ਵਜੇ ਰਾਤ ਦੇ ਵੀ ਸਾਰਾ ਫਿਨਿਸ਼ ਕਰਕੇ ਸੋਣਾ ਕੰਮ। ਇੱਥੋਂ ਵੀ ਇਹ ਕਿਹਾ ਗਿਆ ਸੀ ਕਿ ਹਾਊਸਮੇਟ ਦਾ ਹੀ ਕੰਮ ਕਰਨਾ ਜਾ ਕੇ ਉੱਥੇ? ਹਾਂਜੀ ਪਰ ਇੱਥੋਂ ਸਿਰਫ ਜਿੱਦਾਂ 2 ਕੁ ਕੰਮ ਕਿਹਾ ਸੀ ਭਾਅ ਜੀ, ਜਿੱਦਾਂ ਘਰ ਦਾ ਬਹੁਤ ਜ਼ਿਆਦਾ ਕੰਮ ਕਰਵਾਉਂਦੇ ਸੀਗੇ। ਹਾਂਜੀ ਕਾਫੀ ਭਾਰੀਆਂ ਭਾਰੀਆਂ ਚੀਜ਼ਾਂ ਚੱਕਣ ਨੂੰ ਕਹਿ ਦੇਣ। ਮੈਂ ਕਿਹਾ ਵੀ ਮੇਰੇ ਤੋਂ ਨਹੀਂ ਇਹ ਚੱਕ ਹੁੰਦੀਆਂ ਹੈਗੀਆਂ, ਵੀ ਮੇਰੀ ਪੇਨ ਹੁੰਦੀ ਆ ਪੇਟ ਵਿੱਚ, ਅਤੇ ਪਰ ਨਹੀਂ ਕੁਛ ਨਹੀਂ ਇੱਦਾਂ ਦਾ ਮਤਲਬ ਕਹਿੰਦੇ ਕੁਛ ਨਹੀਂ ਹੋਇਆ ਹੈਗਾ ਤੈਨੂੰ, ਕੋਈ ਮੈਡੀਸਿਨ ਨਹੀਂ ਭਾਅ ਜੀ, ਮਿਹਨਤਾਂ ਕਰ ਕਰਕੇ ਮੈਂ ਮੈਡੀਸਿਨ ਉਹਨਾਂ ਤੋਂ ਮੰਗਵਾਈ ਵੀ ਮੈਨੂੰ ਮੈਡੀਸਿਨ ਲਿਆ ਦਿਓ। ਉੱਥੋਂ ਦੇ ਹਾਲਾਤ ਕੀ ਨੇ, ਕਿੰਨੀਆਂ ਕੁ ਹੋਰ ਲੜਕੀਆਂ ਜਾਂ ਔਰਤਾਂ ਉੱਥੇ ਹਲੇ ਵੀ ਸਟੱਕ ਹੋਣਗੀਆਂ ਜਿਹੜੀਆਂ ਵਾਪਸ ਜਾਣ ਦੀ ਚਾਹਨਾ ਰੱਖਦੀਆਂ? ਹਾਂਜੀ ਭਾਅ ਜੀ ਕੰਮ ਨਹੀਂ ਹੁੰਦਾ ਹੈਗਾ, ਕੰਮ ਬਹੁਤ ਜ਼ਿਆਦਾ, ਉਹ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਹੈਗੇ। ਹਾਂਜੀ ਕਿੰਨੀਆਂ ਕੁ ਔਰਤਾਂ ਹੋਰ ਉੱਥੇ ਫਸੀਆਂ? ਕਾਫੀ ਆ ਭਾਅ ਜੀ, ਜਿੱਥੇ ਮੈਂ ਸੀ ਔਫਿਸ ਉਦੋਂ ਤਾਂ ਹੈਗੀਆਂ ਸੀ, ਹਾਂਜੀ 10-12 ਜਣੀਆਂ ਤਾਂ ਹੈ ਸੀ। ਚਾਹੁੰਦੇ ਵਾਪਸ? ਹਾਂਜੀ ਹਾਂਜੀ।